اور جڑیاں ਵਿਰੋਧੀ ਧਿਰਾਂ ਵਿਰੋਧ ਕਰ ਰਹੀਆਂ ਸੀ ਜਿਵੇਂ ਉਹਨਾਂ ਨੇ ਪ੍ਰਦਰਸ਼ਨ ਕੀਤੇ ਪ੍ਰੈਸ ਕਾਨਫਰੰਸ ਕੀਤੀਆਂ ਉਹ ਕਿੰਨਾ ਕੁ ਵਾਜਿਬ ਸੀ ਸਰ دیکھو ਕੁਐਸਚਨ ਹੀ ਬੜਾ ਸੀਰੀਅਸ ਸੀ ਜਿਹੜਾ ਡਾਊਟ ਕ੍ਰੀਏਟ ਕੀਤਾ ਗਿਆ ਹੁਣ ਉਹਦੇ ਉੱਤੇ ਵੀ ਅਗੇਨ ਹੁਣ ਤਾਂ ਨਾ ਕਾਫੀ ਚੀਜ਼ਾਂ ਨਾ ਮੈਨੇ ਸਭ ਤੋਂ ਜ਼ਿਆਦਾ ਐਜ਼ ਅ ਮੀਡੀਆ ਪਰਸਨ ਹੀ ਐਜ਼ ਅ ਸਿਟੀਜ਼ਨ ਆਫ ਦਿਸ ਕੰਟਰੀ ਜੋ ਚੀਜ਼ ਮੈਨੂੰ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਦੀ ਹੈ ਕਿ ਅੱਜ ਕੱਲ ਪੋਲੀਟੀਸ਼ੀਅਨ ਹਰ ਪਾਰਟੀ ਤੋਂ ਵੱਡੇ ਵੱਡੇ ਇਲਜ਼ਾਮ ਤੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਜੀ ਕਿ ਭਈ ਐਮਐਲਏ ਖਰੀਦੇ ਜਾ ਰਹੇ ਨੇ ਜਾਂ ਗੱਲ ਹੁੰਦੀ ਹੈ ਜੀ ਉਹਨਾਂ ਨੂੰ ਡੀਬੋਰਡ ਕਰਤਾ ਗਿਆ ਕਿਸ ਚੀਜ਼ ਸੀ ਚੀਫ ਮਿਨਿਸਟਰ ਨੇ ਸ਼ਰਾਬ ਪੀਣ ਦੇ ਕਾਰਨ ਉਹਨਾਂ ਨੂੰ ਡੀਬੋਰਡ ਕੀਤਾ ਗਿਆ ਬਹੁਤ ਸੀਰੀਅਸ ਇਲਜ਼ਾਮ ਨੇ ਇੰਨੇ ਵੱਡੇ ਵੱਡੇ ਆਫੀਸਰਸ ਦੀ ਸੈਨਸਿਟੀ ਖਤਮ ਕਰ ਦਿੰਦੇ ਨੇ ਇਹਨਾਂ ਵਿੱਚ ਪ੍ਰੂਫ ਸਾਹਮਣੇ ਆਣਾ ਬਹੁਤ ਜ਼ਰੂਰੀ ਹੈ ਵਰਨਾ ਲੋਕਾਂ ਦਾ ਗੱਲਾਂ ਤੇ ਵਿਸ਼ਵਾਸ ਹੀ ਉੱਡ ਜਾਏਗਾ ਜੀ ਹਰ ਚੀਜ਼ ਦਾ ਪ੍ਰੂਫ ਹੋਣਾ ਚਾਹੀਦਾ ਤੇ ਜੇ ਇਸ ਤਰ੍ਹਾਂ ਹੋਇਆ ਹੈ ਤੇ ਆਪੋਜੀਸ਼ਨ ਪਾਰਟੀ ਵੀ ਇਸ ਚੀਜ਼ ਦਾ ਮੁੱਦਾ ਬਣਾਏਗੀ ਉਹ ਆਪੋਜੀਸ਼ਨ ਪਾਰਟੀ ਕਵੈਸਚਨ ਕਰੇਗੀ ਨਾ ਕਿ ਕਿਸ ਤਰ੍ਹਾਂ ਦੀ ਲੀਡਰਸ਼ਿਪ ਹੈ ਜਿਹੜੀ ਸਟੇਟ ਨੂੰ ਰਨ ਕਰਦੀ ਪਈ ਆ ਤੇ ਉਹਦੇ ਬਾਰੇ ਉਹ ਕਵੈਸਚਨ ਬਣਾਉਣ ਪਰ ਜਦ ਤੁਸੀਂ ਇਹ ਵਜੇ ਕਵੈਸਚਨ ਬਣਾਉਂਦੇ ਤੁਸੀਂ ਇਹ ਵੇਖੋ ਕਿ ਤੁਹਾਡੀ ਸਟੇਟ ਦੀ ਜਾਂ ਕੰਟਰੀ ਦੀ ਡਿਗਨਿਟੀ ਤਾਂ ਨਹੀਂ ਖਰਾਬ ਹੋ ਰਹੀ ਜੀ ਇਟ ਇਜ਼ ਵੈਰੀ ਇੰਪੋਰਟੈਂਟ ਕਿ ਜੇ ਇਹ ਹੋਇਆ ਹੈ ਅਲਟੀਮੇਟਲੀ ਟਰੁਥ ਵਿਲ ਕਮ ਆਊਟ ਇਟ ਸਮ ਹਾਉ ਪ੍ਰੀਵੇਲਸ ਕਿਉਂਕਿ ਅੱਜ ਕੱਲ ਵੀਡੀਓ ਐਵੀਡੈਂਸੀ ਇੰਨੇ ਰਹਿ ਜਾਂਦੇ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਐਲੀਮੀਨੇਟ ਕਰਨਾ ਆਲਮੋਸਟ ਇੰਪੋਸੀਬਲ ਹੈ ਜੀ ਤਾਂ ਸਮਥਿੰਗ অর ਐਲਸ ਵਿਲ ਕਮ ਆਊਟ ਜੇ اپੋਜੀਸ਼ਨ ਗਲਤ ਬਿਆਨਬਾਜ਼ੀ ਕਰਦੀ ਹੈਗੀ ਉਹ ਵੀ ਲੋਕਾਂ ਨੂੰ ਪਤਾ ਲੱਗਣਾ ਹੈ ਤੇ ਇਫ ਇਫ ਸਮਥਿੰਗ ਇਜ਼ ਬੀਂਗ ਹਿਡਨ ਉਹ ਵੀ ਲੋਕਾਂ ਨੂੰ ਪਤਾ ਲੱਗਣਾ ਹੈ ਬਿਲਕੁਲ ਸਰ ਪੰਜਾਬ ਦੇ ਲਈ ਇੱਕ ਰਾਹਤ ਦੀ ਖਬਰ ਆਈ ਹੈ World Bank ਨੇ ਲੋਨ ਐਕਸਟੈਂਡ ਕਰਤਾ ਜੋ 150 ਮਿਲੀਅਨ ਡਾਲਰ ਦਾ ਹੈ ਤੇ ਉਹਦੇ ਲਈ ਉਹਦੇ ਨਾਲ ਕਿੰਨਾ ਫਰਕ ਪਊਗਾ ਪੰਜਾਬ ਨੂੰ ਦੇਖੋ ਇਹ ਰਾਹਤ ਦੀ ਖਬਰ ਤੇ ਹੈਗੀ ਆ ਪਰ ਇਹ ਸੋਲਿਊਸ਼ਨ ਹੈ ਆਈ ਡੋਨਟ ਆਈ ਡੋਨਟ ਥਿੰਕ ਸੋ ਜੀ ਹੁਣ ਇਹ ਬਜਟ ਜਿਹੜਾ ਅਲੋਕੇਟ ਹੋਇਆ ਹੈ ਉਹ ਬਜਟ ਇਸ ਕਰਕੇ ਆਈ ਐਮ ਐਫ ਨੂੰ ਅਲੋਕੇਟ ਹੋਇਆ ਹੈ ਤਾਂ ਕਿ ਜਿਹੜੀਆਂ ਆਪਾਂ ਪਬਲਿਕ ਸਰਵਿਸਿਜ਼ ਨੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਇੰਪਲੀਮੈਂਟ ਕਰ ਪਈਏ ਹੁਣ ਅੱਜ ਦੀ ਡੇਟ 'ਚ ਸਾਡੇ ਸਿਸਟਮ ਸੈੱਟ ਨੇ ਪਰ ਪਬਲਿਕ ਸਰਵਿਸਿਜ਼ ਡਿਲੀਵਰ ਕਰਨ 'ਚ ਸਭ ਤੋਂ ਵੱਡੀ ਪ੍ਰੋਬਲਮ ਆਂਦੀ ਹੈ ਕਰਪਸ਼ਨ ਦੀ ਜੀ ਹੁਣ ਕਰਪਸ਼ਨ ਬੜੀ ਤਰ੍ਹਾਂ ਦੀ ਹੁੰਦੀ ਆ ਹੁਣ ਕਰਪਸ਼ਨ ਐ ਨਹੀਂ ਹਰ ਵਾਰੀ ਹੁੰਦੀ ਕਿ ਭਾਈ ਤੁਸੀਂ ਵਿੱਚੋਂ ਪੈਸੇ ਖਾ ਲੇ ਹਮ ਕਰਪਸ਼ਨ ਐਵੇਂ ਹੁੰਦੀ ਆ ਕਿ ਜਿਹੜੇ ਸਰਟਨ ਬੈਨੀਫਿਟਸ ਲਈ ਫੰਡਸ ਆਏ ਨੇ ਉਹਨਾਂ ਨੂੰ ਤੁਸੀਂ ਅਲੋਕੇਟ ਕਿੱਥੇ ਕੀਤਾ ਜੀ ਮੈਨੂੰ ਲੱਗਦਾ ਹੈ ਕਿ ਕਾਫੀ ਸਟੇਟ ਗਵਰਨਮੈਂਟਸ ਵਿੱਚ ਡਿਸਪਲਾਈਨ ਓਨ ਦੀ ਲੋੜ ਹੈ ਕਿਉਂ ਜੇ 150 ਮਿਲੀਅਨ ਡਾਲਰ ਜਿਸ ਪਰਪਸ ਲਈ ਆਇਆ ਹੈ ਉਹ ਪਰਪਸ ਪੂਰੀ ਤਰ੍ਹਾਂ ਅਟੇਨ ਕੀਤਾ ਜਾਵੇ ਇਹਨਾਂ ਫੰਡਸ ਨੂੰ ਕਿਸੇ ਹੋਰ ਪਰਪਸਸ ਲਈ ਵੇਸਟਫੁਲ ਪਰਪਸਸਸ ਇਸ ਨਾ ਯੂਜ਼ ਕੀਤਾ ਜਾਵੇ ਬਾਕੀ ਸਾਡੇ ਉੱਤੇ ਰਫਲੀ 3 ਲੱਖ ਕਰੋੜ ਦਾ ਕਰਜ਼ਾ ਹੈ ਜੀ ਇਹ ਵੱਧਦਾ ਜਾ ਰਿਹਾ ਹੈ ਫਿਰ ਉਸ ਤੋਂ ਬਾਅਦ ਸਾਡੀ ਕਰੰਟ ਗਵਰਨਮੈਂਟ ਨੇ ਜਿਹੜੀਆਂ ਅਨਾਊਂਸਮੈਂਟਸ ਕੀਤੀਆਂ ਨੇ ਉਹਨਾਂ ਨੂੰ ਇੰਪਲੀਮੈਂਟ ਕਰਨਾ ਇਸ ਵੈਰੀ ਵੈਰੀ ਕਾਸਟਲੀ ਜੀ ਰਾਈਟ ਜੋ ਵੀ ਪੋਲ ਪ੍ਰੋਮਿਸਸਸ ਹਨ ਜਿਹੜੇ ਵੀ ਉਹਨਾਂ ਨੇ ਬਿਜਲੀ ਦੇ ਰਿਲੇਟਡ ਹੋ ਜਾਏ ਜਿੰਨੀਆਂ ਸਰਕਾਰੀ ਨੌਕਰੀਆਂ ਦੇਣ ਦਾ ਪ੍ਰੋਮਿਸ ਹੈ ਥੀਸ ਆਰ ਅਵਰੀ ਕਾਸਟਲੀ ਐਕਸਰਸਾਈਜ਼ਸ ਹੋਰ ਵੀ ਜਿਹੜੇ ਇਹਨਾਂ ਨੇ ਫਰੀਬੀਜ਼ ਅਨਾਉਂਸ ਕੀਤੇ ਹੋਏ ਨੇ ਇਟ ਇਜ਼ ਅ ਕਾਸਟ ਟੂ ਦ ਐਕਸਟੈਕਰ ਜੀ ਤੇ 1200 ਕਰੋੜ ਤੁਸੀਂ 3 ਲੱਖ ਕਰੋੜ ਤੇ ਜਿੰਨਾ ਸਾਡਾ ਬਜਟ ਹੈ ਸਾਲ ਦਾ ਬਜਟ ਯੂ نو ਰਫਲੀ ਯੂ نو 1 ਲੱਖ 70000 ਜਾਂ 1.5 ਲੱਖ ਕਰੋੜ ਮੰਨ ਲਓ ਤੁਸੀਂ ਇਹ ਇਹਦੇ ਵਿੱਚ ਕਿਤੇ ਸਾਡਾ ਐਨੂਅਲ ਬਜਟ ਹੈ ਉਹਦੇ ਵਿੱਚ 1200 ਕਰੋੜ ਕਿੱਥੇ ਆਂਦਾ ਯੂ ਕੈਨ ਟੇਕ ਐਨ ਐਸਟੀਮੇਟ ਪਰ ਕਹਿੰਦੇ ਨੇ ਬੂੰਦ ਬੂੰਦ ਕਰਕੇ ਸਮੁੰਦਰ ਬਣ ਜਾਂਦਾ ਹੈ ਜੀ ਤੇ ਇਸ ਸਾਨੂੰ ਇੱਕ ਲੋ ਕੋਸਟ ਪਰ ਉਸ ਤੋਂ ਬਾਅਦ ਇਨਾ ਫੰਡਸ ਦੀ ਡਿਪਲॉयਮੈਂਟ ਐਫੀਸ਼ੀਐਂਟ ਤਰੀਕੇ ਨਾਲ ਹੋਣਾ ਇਹ ਕ੍ਰਿਟੀਕਲ ਪਾਰਟ ਪਾਰਟ ਹੈ ਕਿ ਭਾਈ ਫੰਡਸ ਨੂੰ ਇਨਾ ਐਫੀਸ਼ੀਐਂਟਲੀ ਯੂਜ਼ ਕਰੋ ਜੋ ਜਿਵੇਂ ਸਰਕਾਰੀ ਚੀਜ਼ਾਂ ਯੂਜ਼ ਹੁੰਦੀਆਂ ਜੇ ਉਸ ਤਰ੍ਹਾਂ ਕਰੋਗੇ ਤਾਂ ਫਿਰ ਤੇ 1200 ਕਰੋੜ ਕੁਝ ਨਹੀਂ ਹੈ ਅਦਰਵਾਇਜ਼ 12 ਕਰੋੜ ਨਾਲ ਬਹੁਤ ਚੀਜ਼ਾਂ ਕਿੱ데 ਦੂਜੀ ਗੱਲ ਹੈ ਕਿ ਆਪਾਂ ਲੋਨ ਤੇ ਉਹਨਾਂ ਹੋਰ ਰਿਲੇਅਨਾਈ ਕਰ ਸਕਦੇ ਵੀ ਆਰ one of the worst states in the country in terms of ਜਿਹੜਾ ਸਾਡਾ ਸਟੇਟ ਜੀਡੀਪੀ ਦਾ ਤੇ ਜੋ ਸਾਡਾ ਡੈਟ ਦੀ ਰੇਸ਼ਿਓ ਹੈ ਵਰਸਟ ਜੀ ਇਹਨੂੰ ਹੋਰ ਖਰਾਬ ਵੀ ਕਰਦੇ ਪਏ ਜੇ ਲੋਨ ਲਈ ਜਾਵਾਂਗੇ ਇਹ ਰੇਸ਼ਿਓ ਹੋਰ ਵਰਸਟ ਹੋਏਗੀ ਸਾਨੂੰ ਰੈਵਨਿਊ ਜਨਰੇਸ਼ਨ ਤੇ ਫੋਕਸ ਕਰਨ ਦੀ ਬਹੁਤ ਲੋੜ ਹੈ ਜਿਵੇਂ ਜਰਮਨੀ ਦਾ ਚੱਕਰ ਲਾਇਆ ਸੀ ਕੁਝ ਕੰਕ੍ਰੀਟ ਇਨਵੈਸਟਮੈਂਟਸ ਇੱਥੇ ਲਿਆਉਣ ਦੀ ਲੋੜ ਹੈ ਸਾਡੇ ਲੋਕਾਂ ਲਈ ਇਸ ਤਰ੍ਹਾਂ ਹੋਰ ਕੰਟਰੀਸ 'ਚ ਜਾ ਕੇ ਯੂ نو ਵੀ ਸ਼ੁੱਡ ਹੈਵ ਟੀਮਸ ਐਕਟਿਵਲੀ वी कैन इंगेज प्राइवेट कंपनीज आलसो प्राइवेट कंसल्टेंट ऑलसो हू इंश्योर कि भाई इतने किस किस तरह की इंडस्ट्री आ सकती काफ़ी होमवर्क हो आप इंश्योर करिए थ्रू आर यू नो थ्रू पॉजिटिव पॉलिस एज वैल एज आर सॉफ्ट स्किल्स ऑलसो बिल्डिंग डीपर कनेक्शन ताकि इतने ज़्यादा से ज़्यादा इनवैसमेंट आए